ਅਤੇ ਜਿਹੜਾ ਇਸ ਫਿਲਮ ਵਿੱਚ ਕਿਰਦਾਰ ਆ ਉਹ ਮੇਰੇ ਲਈ ਢੁੱਕਵਾਂ ਸੀ, ਉਹਨਾਂ ਦਾ ਮੈਨੂੰ ਫੋਨ ਆਇਆ ਕਿ ਸੋਨਪ੍ਰੀਤ ਇੱਕ ਕਿਰਦਾਰ ਆ ਤੂੰ ਕਰਨਾ। ਉਸ ਕਿਰਦਾਰ ਦਾ ਵਜੂਦ ਬਹੁਤ ਸਟਰੋਂਗ ਆ ਇਸ ਕਹਾਣੀ ਵਿੱਚ। ਸੋਨਪ੍ਰੀਤ, ਮੈਂ ਪੁੱਛਣਾ ਚਾਹਾਂਗੀ, ਜਦੋਂ ਵੀ ਤੁਸੀਂ ਕੋਈ ਮੂਵੀ ਸਿਲੈਕਟ ਕਰਦੇ ਹੋ ਤਾਂ ਤੁਸੀਂ ਆਪਣਾ ਕਰੈਕਟਰ ਦੇਖ ਰਹੇ ਹੋ ਜਾਂ ਹੋਲ ਕੰਟੈਂਟ ਦੇਖਦੇ ਹੋ? ਨਹੀਂ, ਪਹਿਲਾਂ ਮੈਂ ਕੰਟੈਂਟ ਦੇਖਦਾ। ਆਪਾਂ ਕਹਿ ਸਕਦੇ ਹਾਂ ਜਿਹੜੀ ਪੰਜਾਬੀ ਸਿਨੇਮੇ ਦਾ ਜੋ ਚਾਲ ਚੱਲ ਰਹੀ ਆ ਉਹਦੇ ਨਾਲੋਂ ਡਿਫਰੈਂਟ ਮੂਵੀ ਆ, ਡਿਫਰੈਂਟ ਹੈ। ਜਿਵੇਂ 2019 ਵਿੱਚ ਵਿਆਹ ਦੀਆਂ ਮੂਵੀਆਂ ਬਹੁਤ ਆ ਗਈਆਂ ਸੀ। ਕੋਈ ਇੱਦਾਂ ਦਾ ਤੁਹਾਡਾ ਮਤਲਬ ਸੁਪਨਾ ਹੋਵੇ ਵੀ ਕਿ ਆਹ ਕਿਰਦਾਰ ਮੈਂ ਕਰਨਾ ਹੀ ਕਰਨਾ? ਮੇਰੇ ਸੀਨ ਵੇਲੇ ਤਾਂ ਮੇਰੇ ਤਾਂ ਹੱਥ 'ਚ ਹੀ ਹੁੰਦਾ ਸੀ ਫੋਨ, ਮੇਰਾ ਕਰੈਕਟਰ ਸੀ ਉਹ ਜੀ, ਉਹ ਫੋਨ ਘੁੰਮਦੇ ਰਹਿੰਦਾ ਮੇਰੇ ਹੱਥ 'ਚ। ਜੇ ਤੁਸੀਂ ਐਕਟਰ ਨਾ ਹੁੰਦੇ ਤਾਂ ਕੀ ਹੁੰਦੇ? ਮੈਂ ਜੀ ਐਕਟਰ ਹੁੰਦਾ ਮਿਲਟਰੀ 'ਚ ਹੁੰਦਾ। ਆਪਣੀਆਂ 3 ਚੰਗੀਆਂ ਆਦਤਾਂ? ਮੇਰੀਆਂ ਬਾਹਲੀਆਂ ਚੰਗੀਆਂ ਆਦਤਾਂ ਨੇ। ਕਿਸੇ ਤਰ੍ਹਾਂ ਦਾ ਡ੍ਰੀਮ ਕਿਰਦਾਰ ਕਰਨਾ ਚਾਹੁੰਦੇ ਹੋ? ਬਿਲਕੁਲ, ਮੈਂ ਵੈਸੇ ਭਗਤ ਸਿੰਘ 'ਤੇ ਬਹੁਤ ਫਿਲਮਾਂ ਬਣ ਚੁੱਕੀਆਂ, ਮੈਂ ਭਗਤ ਸਿੰਘ ਦਾ ਕਿਰਦਾਰ ਕਰਨਾ ਚਾਹੁੰਦਾ। ਮੈਂ ਆਪਣੇ ਘਰ ਕੀ ਛੱਤ ਕਾ ਲੈਂਟਰ ਡਾਲਨੇ ਕੇ ਲਈ ਪੂਰੇ ਸ਼ਹਿਰ ਕੀ ਸਰ ਪਰ ਤਸਲਾ। ਮੈਂ ਵੀ ਉਵੇਂ ਅੜੀ ਹੋਈ ਹਾਂ, ਮੇਰਾ ਜਵਾਬ ਨਾ ਹੀ ਹੋਣਾ। ਹਾਥੀ ਦੇ ਬੱਚੇ ਨੇ ਸਵੀਮਿੰਗ ਪੂਲ ਛਾਲ ਮਾਰੀ। ਛਾਲ ਮਾਰੀ। ਸਤਿ ਸ਼੍ਰੀ ਅਕਾਲ ਜੀ, ਦਾ ਖਾਸ ਸ਼ੋਅ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਜਗਮੀਤ ਕੌਰ ਵੱਲੋਂ ਬਹੁਤ ਬਹੁਤ ਸਵਾਗਤ ਹੈ। ਅਤੇ ਸਾਡੇ ਇਸ ਖਾਸ ਸ਼ੋਅ ਦੇ ਮਹਿਮਾਨ ਵੀ ਬੜੇ ਖਾਸ ਨੇ। ਜੀ ਹਾਂ, ਉਹਨਾਂ ਦੇ ਹੁਣ ਤੱਕ ਜਿੰਨੇ ਕਿਰਦਾਰ ਨਿਭਾਏ ਨੇ ਤੁਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ, ਅਤੇ ਮੈਂ ਜ਼ਿਆਦਾ ਸਸਪੈਂਸ ਕ੍ਰੀਏਟ ਨਹੀਂ ਕਰਦੀ, ਮੈਂ ਸਿੱਧਾ ਮਿਲਵਾਈ ਦਿੰਦੀ ਹਾਂ। ਮੇਰੇ ਨਾਲ ਅੱਜ ਸਟੂਡੀਓ 'ਚ ਮੌਜੂਦ ਨੇ ਸੋਨਪ੍ਰੀਤ ਜਵੰਦਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਗਰਵ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਜੀ ਮੈਂ ਤੁਹਾਡਾ ਹਾਲ ਚਾਲ ਹੀ ਪੁੱਛਣਾ, ਕਿਵੇਂ ਹੋ? ਸਿਹਤਾਂ ਕਿਵੇਂ ਨੇ? ਬਹੁਤ ਵਧੀਆ ਜੀ, ਬਾਬਾ ਜੀ ਦੀ ਕਿਰਪਾ। ਹੋਣੀ ਵੀ ਚਾਹੀਦੀ ਹੈ, ਜ਼ੋਰਾ 10 ਨੰਬਰੀਆ ਸੈਕਿੰਡ ਚੈਪਟਰ ਆ ਰਿਹਾ, ਅਤੇ ਮਤਲਬ ਕਮਾਲ ਦਾ ਉਹਦਾ ਜਿਹੜਾ ਆਡੀਅੰਸ ਵੱਲੋਂ ਰਿਵਿਊ ਦਿੱਤਾ ਜਾ ਰਿਹਾ। ਹਾਲੇ ਟੀਜ਼ਰ ਅਤੇ ਟ੍ਰੇਲਰ ਰਿਲੀਜ਼ ਹੋਇਆ ਅਤੇ ਹੁਣੀ ਜਨਤਾ ਪਾਗਲ ਹੋਈ ਫਿਰਦੀ ਹੈ, ਅਤੇ ਜਦੋਂ ਮੂਵੀ ਆਈ ਤਾਂ ਬਸ ਫੱਟੇ ਚੱਕ ਦੇਣੇ ਹੈ। ਬਿਲਕੁਲ ਜੀ, ਪਰਮਾਤਮਾ ਅੱਗੇ ਅਰਦਾਸ ਆ ਕਿ ਫੱਟੇ ਚੱਕ ਦੇਵੇ, ਕਿਉਂਕਿ ਇਹ ਜਿਹੜੀ ਪਹਿਲੀ ਫਿਲਮ ਸੀ ਉਹਨੂੰ ਬਹੁਤ ਰੱਜਵਾਂ ਰਿਸਪੋਂਸ ਮਿਲਿਆ ਸੀ ਆਡੀਅੰਸ ਵੱਲੋਂ ਜੀ। ਉਹ ਕਿਉਂਕਿ ਜਿਹੜੇ ਬੰਦੇ ਨੇ ਵੀ ਉਹ ਫਿਲਮ ਦੇਖੀ ਆ ਉਹਨੇ ਉਹਦੀ ਪ੍ਰੇਜ਼ ਕੀਤੀ ਆ, ਸੋ ਆਡੀਅੰਸ ਨੂੰ ਹੁਣ ਉਹਦੇ ਸੈਕਿੰਡ ਪਾਰਟ ਦਾ ਬਹੁਤ ਬੇਸਬਰੀ ਇੰਤਜ਼ਾਰ ਆ। ਸੋ ਉਹ 6 ਮਾਰਚ ਨੂੰ ਰਿਲੀਜ਼ ਹੋ ਰਿਹਾ, ਤੁਹਾਡੇ ਸਾਹਮਣੇ ਆ ਜਾਣਾ ਆ। ਸੋ ਮੈਨੂੰ ਉਮੀਦ ਆ ਕਿ ਤੁਸੀਂ ਵੀ ਉਹਨੂੰ ਬਹੁਤ ਪਹਿਲੀ ਫਿਲਮ ਵਾਂਗੂ ਹੀ ਪਿਆਰ ਦਊਂਗੇ। ਸਭ ਤੋਂ ਮਤਲਬ ਪਹਿਲਾ ਸਵਾਲ ਮੇਰੇ ਮਨ 'ਚ ਆ ਰਿਹਾ ਵੀ ਤੁਸੀਂ ਇਸ ਮੂਵੀ ਦਾ ਹਿੱਸਾ, ਇਹ ਮੂਵੀ ਤੁਹਾਡੇ ਤੱਕ ਕਿਵੇਂ ਪਹੁੰਚੀ? ਬਾਈ ਅਮਰਦੀਪ ਗਿੱਲ ਹੁਣੀ ਜਿਹੜੇ ਪਹਿਲੀ ਫਿਲਮ ਅਤੇ ਇਸ ਫਿਲਮ ਦੇ ਰਾਈਟਰ ਵੀ ਨੇ ਅਤੇ ਡਾਇਰੈਕਟਰ ਵੀ ਨੇ ਜੀ, ਸੋ ਉਹਨਾਂ ਨਾਲ ਮੇਰਾ ਬਹੁਤ ਪਿਆਰ ਆ। ਅਤੇ ਉਹਨਾਂ ਦੀ ਖਾਸੀਅਤ ਆ ਕਿ ਉਹ ਜਦੋਂ ਕਹਾਣੀ ਲਿਖ ਲੈਂਦੇ ਆ ਤਾਂ ਫਿਰ ਉਹ ਕਿਰਦਾਰ ਲੱਭਦੇ ਆ ਉੱਦਾਂ ਦੇ ਜੀ। ਅਤੇ ਜਿਹੜਾ ਇਸ ਫਿਲਮ ਵਿੱਚ ਕਿਰਦਾਰ ਆ ਉਹ ਮੇਰੇ ਲਈ ਢੁੱਕਵਾਂ ਸੀ, ਉਹਨਾਂ ਦਾ ਮੈਨੂੰ ਫੋਨ ਆਇਆ ਕਿ ਸੋਨਪ੍ਰੀਤ ਇੱਕ ਕਿਰਦਾਰ ਆ ਤੂੰ ਕਰਨਾ, ਸੋ ਮੈਨੂੰ ਬੜੀ ਖੁਸ਼ੀ ਹੋਈ ਵੀ ਇੰਨਾ ਵਧੀਆ ਡਾਇਰੈਕਟਰ ਇੱਕ ਅਤੇ ਤੁਹਾਡੇ ਤੱਕ ਅਪਰੋਚ ਕਰਕੇ ਤੁਹਾਨੂੰ ਕਿਰਦਾਰ ਦੇ ਰਿਹਾ ਜੀ। ਸੋ ਜਦੋਂ ਉਹਨਾਂ ਨੇ ਮੈਨੂੰ ਕਹਾਣੀ ਸੁਣਾਈ ਅਤੇ ਕਿਰਦਾਰ ਸੁਣਾਇਆ, ਫਸਟ ਮੈਂ ਆਪਾਂ ਕਹਿਤਾ ਕਿ ਮੈਂ ਤਾਂ ਇਹੀ ਕਰਨਾ ਆ। ਸੋ ਕਿਉਂਕਿ ਉਸ ਕਿਰਦਾਰ ਦਾ ਵਜੂਦ ਬਹੁਤ ਸਟਰੋਂਗ ਆ ਇਸ ਕਹਾਣੀ ਵਿੱਚ, ਅਤੇ ਬਾਕੀ ਉਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਇਹ ਕਿਰਦਾਰ ਅਤੇ ਕਿੱਦਾਂ ਇਹ ਕਿਰਦਾਰ ਸਰਵਾਈਵ ਕਰੂਗਾ ਕਹਾਣੀ ਵਿੱਚ, ਉਹਦੇ ਜੈਸਚਰ ਪੋਸਚਰ, ਡਾਇਲੋਗ ਡਿਲੀਵਰੀ ਜਾਂ ਇਹਦਾ ਐਟੀਟਿਊਡ ਕਿੱਦਾਂ ਦਾ ਹੋਊਗਾ, ਉਹ ਸਾਰਾ ਡਿਸਕਸ ਕਰਦੇ ਕਰਦੇ ਇਹ ਮੈਨੂੰ ਲੱਗਦਾ ਵਧੀਆ ਕਿਰਦਾਰ ਹੋ ਚੁੱਕਿਆ, ਹੋ ਨਿਬੜਿਆ ਇਸ ਫਿਲਮ ਵਿੱਚ। ਬਾਕੀ ਆਡੀਅੰਸ ਦੇਖ ਕੇ ਫਿਲਮ ਦੱਸੂਗੀ ਅਤੇ ਆਪਣੇ ਰਿਵਿਊ ਦਊਗੀ ਜੀ। ਸੋਨਪ੍ਰੀਤ, ਮੈਂ ਪੁੱਛਣਾ ਚਾਹਾਂਗੀ, ਜਦੋਂ ਵੀ ਤੁਸੀਂ ਕੋਈ ਮੂਵੀ ਸਿਲੈਕਟ ਕਰਦੇ ਹੋ ਤਾਂ ਤੁਸੀਂ ਆਪਣਾ ਕਰੈਕਟਰ ਦੇਖ ਰਹੇ ਹੋ ਜਾਂ ਹੋਲ ਕੰਟੈਂਟ ਦੇਖਦੇ ਹੋ? ਨਹੀਂ, ਪਹਿਲਾਂ ਮੈਂ ਕੰਟੈਂਟ ਦੇਖਦਾ, ਕੰਟੈਂਟ ਦੇਖ ਕੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਕਿਰਦਾਰ ਦੇਖਦਾ ਜੀ। ਅਤੇ ਮੈਨੂੰ ਇਹ ਨਹੀਂ ਹੁੰਦਾ ਕਿ ਕਿਰਦਾਰ ਛੋਟਾ ਹੋਵੇ ਵੱਡਾ ਹੋਵੇ, ਬਟ ਕਿਰਦਾਰ ਸਟਰੋਂਗ ਹੋਵੇ, ਬਿਲਕੁਲ ਇੱਕ ਵਜੂਦ ਹੋਵੇ ਉਹਦਾ ਕਿਰਦਾਰ ਦਾ, ਅਤੇ ਕਹਾਣੀ ਵਿੱਚ ਉਹ ਇੱਕ ਖਾਸ ਅਹਿਮੀਅਤ ਵੀ ਰੱਖਦਾ ਹੋਵੇ ਜੀ। ਤੁਸੀਂ ਹੁਣ ਤੱਕ ਜਿੰਨੀਆਂ ਵੀ ਮੂਵੀਜ਼ ਕੀਤੀਆਂ ਨੇ, ਪਹਿਲਾਂ ਜਿਵੇਂ 2 ਬੋਲ ਕੀਤੀ ਹੈ, ਸਾਕ ਕੀਤੀ ਹੈ, ਉਹਨਾਂ ਤੋਂ ਤੁਹਾਨੂੰ ਇਹ ਮੂਵੀ ਕਿਵੇਂ ਮਤਲਬ ਵੱਖ ਲੱਗਦੀ ਹੈ? ਇਹ ਮੂਵੀ ਜਿਹੜੀ ਜੋਰਾ ਜਾਂ ਜੋਰਾ ਸੀ, ਜੋਰਾ ਦਾ ਸੈਕਿੰਡ ਚੈਪਟਰ ਆ ਜੀ, ਇਹਦੀ ਜਿਹੜੀ ਕਹਾਣੀ ਸੀ ਉਹਦੇ ਵਿੱਚ ਇੱਕ ਖਾਸ ਗੱਲ ਇਹ ਸੀ ਕਿ ਇਹਦੇ ਜਿੰਨੇ ਵੀ ਕਿਰਦਾਰ ਨੇ ਉਹ ਆਮ ਲੋਕਾਂ ਨਾਲ ਰਿਲੇਟ ਕਰਦੇ ਆ ਜੀ। ਕਹਾਣੀ ਦੇਖ ਕੇ ਹਰ ਬੰਦੇ ਨੂੰ ਇਹ ਲੱਗਦਾ ਵੀ ਯਾਰ ਇਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਬੰਦੇ ਨਾਲ ਜੁੜੀ ਹੋਈ ਆ, ਹੈ ਨਾ ਜੀ। ਜੋਰਾ ਇੱਕ ਆਮ ਬੰਦੇ ਦੀ ਕਹਾਣੀ ਆ, ਜੋ ਜਿਹੜੀ ਪਹਿਲਾਂ ਜੋਰਾ ਸੀ ਵੀ ਉਹ ਇੱਕ ਆਮ ਸੀਗਾ ਬੰਦਾ, ਬਟ ਉਹ ਜ਼ਿੰਦਗੀ 'ਚ ਅੱਗੇ ਵਧਣਾ ਚਾਹੁੰਦਾ ਸੀ ਜੀ। ਉਹਨੇ ਪੁੱਠੇ ਸਿੱਧੇ ਰਾਹਾਂ ਵਿੱਚ ਹੁੰਦੇ ਹੋਏ ਆਪਣੀ ਜ਼ਿੰਦਗੀ ਨੂੰ ਨੈਕਸਟ ਲੈਵਲ 'ਤੇ ਲੈ ਕੇ ਆਇਆ ਜੀ, ਠੀਕ ਹੈ। ਸੋ
ਜਿਹੜੀ ਇਹ ਕਹਾਣੀ ਆ ਇਹ ਵੀ ਇਸੇ ਤਰ੍ਹਾਂ ਆ, ਇੱਕ ਆਮ ਬੰਦੇ ਦੇ ਇਨਕਲਾਬ ਦੀ ਕਹਾਣੀ ਆ ਕਿ ਜੇ ਥੋੜ੍ਹਾ ਨਾਲ ਧੱਕਾ ਹੋ ਰਿਹਾ ਵਾ ਤਾਂ ਉਸ ਧੱਕੇ ਦਾ ਸਾਹਮਣਾ ਕਿਵੇਂ ਕਰਨਾ। ਬਿਲਕੁਲ ਜੀ ਜੀ। ਅਤੇ ਤੁਸੀਂ ਇਸ ਮੂਵੀ 'ਚ ਕਾਫੀ ਨਵੇਂ ਕਿਰਦਾਰ ਜੁੜੇ ਨੇ ਜਿਵੇਂ ਸਿੰਘਾ ਹੋ ਗਏ ਜੀ, ਅਤੇ ਮਤਲਬ ਮਾਹੀ ਗਿੱਲ ਹੋ ਗਏ, ਜਪਜੀ ਖਹਿਰਾ ਹੋ ਗਏ, ਈਵਨ ਧਰਮਿੰਦਰ ਸਿੰਘ ਜੀ ਵੀ। ਧਰਮਜੀਤ ਤਾਂ ਪਹਿਲੀ ਮੂਵੀ 'ਚ ਵੀ ਸੀਗੇ, ਉਹਦੇ ਵਿੱਚ ਮੈਂ, ਜਪਜੀ ਖਹਿਰਾ ਨੇ, ਆਪਣੇ ਮਾਹੀ ਗਿੱਲ ਨੇ ਜੀ, ਅਤੇ ਸਿੰਘਾ ਡੈਬਿਊ ਕਰ ਰਿਹਾ ਆਪਣੇ ਇਸ ਫਿਲਮ ਤੋਂ। ਸੋ ਬੜੇ ਵਧੀਆ ਕਿਰਦਾਰ ਜੁੜੇ ਨੇ ਕਿਉਂਕਿ ਇਹ ਕਿਰਦਾਰ ਉਹਨਾਂ ਕਿਰਦਾਰਾਂ ਨਾਲ ਰਿਲੇਟ ਕਰਦੇ ਸੀ, ਕਰਦੇ ਨੇ ਜੀ, ਤਾਂ ਹੀ ਮੈਨੂੰ ਲੱਗਦਾ ਬਾਈ ਅਮਰਦੀਪ ਹੁਣਾਂ ਨੇ ਇਹ ਕਿਰਦਾਰਾਂ ਨੂੰ ਚੁਣਿਆ ਆ। ਸੋ ਇੱਕ ਬਹੁਤ ਸਟਰੋਂਗ ਕੰਟੈਂਟ ਦੇ ਉੱਤੇ ਮੂਵੀ ਬਣੀ ਆ। ਮੈਨੂੰ ਆਸ ਆ ਕਿ ਫਿਲਮ ਲੋਕਾਂ ਨੂੰ ਬਹੁਤ ਪਸੰਦ ਆਊਗੀ, ਲੋਕਾਂ ਨੂੰ ਵੇਟ ਵੀ ਆ। ਸੋ ਜਦੋਂ ਉਹ ਸਿਨੇਮੇ ਘਰਾਂ 'ਚ ਦੇਖਣ ਜਾਣਗੇ ਤਾਂ ਉਹ ਉਹਨਾਂ ਦੀਆਂ ਉਮੀਦਾਂ 'ਤੇ ਖਰੀ ਉਤਰੂਗੀ। ਬਿਲਕੁਲ ਜੀ, ਕਿਉਂਕਿ ਜਿਹੜੇ ਹਿਸਾਬ ਨਾਲ ਜ਼ੋਰਾ ਨੰਬਰ 1 ਨੂੰ, ਜਿਹੜਾ ਪਹਿਲੀ ਮੂਵੀ ਆਈ ਸੀ, ਉਹਨੂੰ ਲੋਕਾਂ ਨੇ ਪਿਆਰ ਦਿੱਤਾ, ਤਾਂ ਉਵੇਂ ਵੀ ਲੋਕਾਂ ਦਾ ਹੁਣ ਜਿਵੇਂ ਟੀਜ਼ਰ ਅਤੇ ਟ੍ਰੇਲਰ ਨੂੰ ਦੇਖ ਕੇ ਰਿਵਿਊ ਮਿਲ ਰਿਹਾ, ਉਹ ਬਹੁਤ ਜ਼ਬਰਦਸਤ ਹੈ, ਅਤੇ ਬਿਲਕੁਲ ਲੋਕ ਆਪਦੇ ਆਪ ਨੂੰ ਜੁੜਿਆ ਵੀ ਮਹਿਸੂਸ ਕਰਦੇ ਨੇ ਉਹ ਚੀਜ਼ਾਂ ਨਾਲ, ਜਿਹੜੀਆਂ ਜਿੱਦਾਂ ਦਾ ਕੰਟੈਂਟ ਮੂਵੀਜ਼ 'ਚ ਹੁੰਦਾ, ਜਿਹੜਾ ਉਹਨਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਵੇ। ਆਪਾਂ ਕਹਿ ਸਕਦੇ ਹਾਂ ਜਿਹੜੀ ਪੰਜਾਬੀ ਸਿਨੇਮੇ ਦਾ ਜੋ ਚਾਲ ਚੱਲ ਰਹੀ ਆ ਉਹਦੇ ਨਾਲੋਂ ਡਿਫਰੈਂਟ ਮੂਵੀ ਆ, ਡਿਫਰੈਂਟ ਹੈ। ਜਿਵੇਂ 2019 ਵਿੱਚ ਵਿਆਹ ਦੀਆਂ ਮੂਵੀਆਂ ਬਹੁਤ ਆ ਗਈਆਂ ਸੀ ਜੀ, ਬਟ ਕੁਝ ਜਿਹੜੇ ਅੱਛੇ ਕੰਟੈਂਟ ਵਾਲੀ ਮੂਵੀਆਂ ਬਹੁਤ ਥੋੜ੍ਹੀਆਂ ਸੀ। ਬਿਲਕੁਲ। ਬਟ ਹੁਣ ਸਾਲ ਦੀ ਸ਼ੁਰੂਆਤ ਹੋਈ ਆ, ਸੋ ਰੀਅਲਿਸਟਿਕ ਸਿਨੇਮਾ ਜਾਂ ਕੁਝ ਡਿਫਰੈਂਟ ਸਿਨੇਮਾ, ਡਿਫਰੈਂਟ ਸਟੋਰੀਆਂ। ਫਰਵਰੀ ਦੇ ਮਹੀਨੇ ਵਿੱਚ ਤਾਂ ਵੈਸੇ ਵੀ ਕਾਫੀ ਡਿਫਰੈਂਟ ਸਟੋਰੀਆਂ ਆ ਰਹੀਆਂ ਨੇ। 7 ਮਾਰਚ ਨੂੰ ਜ਼ਖਮੀ ਆ ਰਹੀ ਹੈ ਮੇਰੇ ਖਿਆਲ 'ਚ, ਫਿਰ ਉਸ ਤੋਂ ਬਾਅਦ ਸੁਪਨਾ ਜਾਂ ਇੱਕ ਸੰਧੂ ਹੁੰਦਾ ਸੀ ਸ਼ੂਟਰ, ਅਤੇ ਫਿਰ ਜ਼ੋਰ ਆ ਰਹੀ ਆ। ਅਤੇ ਮੈਨੂੰ ਲੱਗਦਾ ਕਿ ਇਸ ਸਾਲ ਜਿਹੜੇ ਡਾਇਰੈਕਟਰ ਨੇ ਜਾਂ ਪ੍ਰੋਡਿਊਸਰ ਨੇ ਜਾਂ ਰਾਈਟਰ ਨੇ ਉਹ ਕੁਝ ਨਵੀਆਂ ਕਹਾਣੀਆਂ ਲੈ ਕੇ ਆਉਣਗੇ, ਨਵੀਂ ਤਰ੍ਹਾਂ ਦਾ ਪੰਜਾਬੀ ਸਿਨੇਮਾ ਲੈ ਕੇ ਆਉਣਗੇ, ਜਿਹਦੇ ਕਰਕੇ ਸ਼ਾਇਦ ਆਪਣੇ ਵਰਲਡ ਲੈਵਲ 'ਤੇ ਪੰਜਾਬੀ ਸਿਨੇਮੇ ਨੂੰ ਕਾਫੀ ਮਾਣ ਮਿਲੂਗਾ ਜੀ। ਤੁਸੀਂ ਮਤਲਬ ਪੂਰੇ ਪੰਜਾਬੀ ਸਿਨੇਮਾ ਜਗਤ ਦੀ ਜੇ ਆਪਾਂ ਗੱਲ ਕਰੀਏ ਤਾਂ ਤੁਹਾਨੂੰ ਕਿਹੜਾ ਇੱਦਾਂ ਦਾ, ਕਿਹੜੇ ਅਜਿਹੇ ਆਰਟਿਸਟ ਨੇ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਮਤਲਬ ਤੁਹਾਨੂੰ ਪ੍ਰੇਰਨਾ ਮਿਲਦੀ ਹੈ? ਪ੍ਰੇਰਨਾ ਪੰਜਾਬੀ ਸਿਨੇਮੇ 'ਚ ਬਾਈ ਗਿੱਪੀ ਹੋਣੀ ਨੇ ਸਾਰੇ, ਜਾਂ ਆਪਾਂ ਦੇਖ ਲਈਏ ਅਮਰਿੰਦਰ ਗਿੱਲ ਹੋਣੀ ਨੇ ਜੀ, ਬੇਸਿਕਲੀ ਆਪਾਂ ਕਹਿੰਦੇ ਸਿੰਗਰ ਨੇ ਜਾਂ ਜਾਂ ਕਹਿ ਦਈਏ ਵੀ ਉਹ ਸਿੰਗਰ ਹੀਰੋ ਆ ਰਹੇ ਨੇ, ਕਈ ਲੋਕਾਂ ਨੂੰ ਸ਼ਿਕਾਇਤ ਆ, ਬਟ ਉਹ ਮਿਹਨਤ ਕਰ ਰਹੇ ਨੇ, ਮਿਹਨਤ ਕਰਕੇ ਉਹਨਾਂ ਨੇ ਇੱਕ ਮੁਕਾਮ ਬਣਾਇਆ। ਦਿਲਜੀਤ ਕਿੱਥੇ ਪਹੁੰਚ ਚੁੱਕੇ ਨੇ ਨਾ, ਬਿਲਕੁਲ। ਅਤੇ ਆਪਣੇ ਦੇਵ ਕਰੋੜ ਹੋਣੀ ਨੇ, ਸੋ ਬਾਈ ਦੀਪ ਸਿੱਧੂ ਆ, ਦੀਪ ਸਿੱਧੂ ਇੱਕ ਨਾ ਤਾਂ ਸਿੰਗਰ ਆ ਬਟ ਉਹ ਕਲਾਕਾਰ ਆ, ਉਹਨਾਂ ਨੇ ਜੋਰਾ ਦਾ ਕਿਰਦਾਰ ਇੰਨਾ ਬਖੂਬੀ ਨਿਭਾ ਚੁੱਕੇ ਨੇ ਉਹ। ਬਾਈ ਗੱਗੂ ਗਿੱਲ ਅਤੇ ਯੋਗਰਾਜ, ਉਹਨਾਂ ਨੂੰ ਕੌਣ ਭੁੱਲ ਸਕਿਆ, ਅਤੇ ਉਹਨਾਂ ਨਾਲ ਕੰਮ ਕਰਨ ਦਾ ਮੈਨੂੰ ਮਾਣ ਮਹਿਸੂਸ ਹੋਇਆ, ਮੈਨੂੰ ਕਿਉਂਕਿ ਉਹਨਾਂ ਨਾਲ ਮੈਂ ਪਹਿਲਾਂ ਵੀ ਕਰ ਚੁੱਕਿਆ, ਸਾਡੇ ਵਾਲੇ ਉਹ ਰਿਲੀਜ਼ ਹੋਣੀ ਆ, ਉਸ ਤੋਂ ਬਾਅਦ ਇਹ ਫਿਲਮ ਹੈ। ਸੋ ਇਹਨਾਂ ਲੋਕਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਸੋ ਮੈਂ ਵੀ ਲੱਗਿਆ ਹੋਇਆ ਇੰਡਸਟਰੀ 'ਚ ਕਿ ਵਧੀਆ ਕਿਰਦਾਰਾਂ ਨਾਲ ਲੋਕਾਂ ਦੇ ਰੂਬਰੂ ਆਵਾਂ, ਅਤੇ ਮੈਂ ਆਪਣੇ ਆਪ ਨੂੰ ਇੱਕ ਵਧੀਆ ਐਕਟਰ ਦੇ ਤੌਰ 'ਤੇ ਸਟੈਬਲਿਸ਼ ਕਰ ਸਕਾਂ। ਮਿਹਨਤ ਜਾਰੀ ਆ, ਬਾਕੀ ਜਿਵੇਂ ਹੁਣ ਫਿਲਮਾਂ ਆ ਰਹੀਆਂ ਨੇ, ਸੋ ਉਸ ਤੋਂ ਬਾਅਦ ਲੋਕ ਦੱਸਣਗੇ, ਔਡੀਅੰਸ ਦੱਸੂਗੀ ਕਿ ਉਹਨਾਂ ਨੂੰ ਕਿਵੇਂ ਲੱਗੀ ਮੇਰੀ ਅਦਾਕਾਰੀ ਅਤੇ ਕਿੱਦਾਂ ਦੇ ਕਿਰਦਾਰ ਮੇਰੇ ਲੱਗੇ ਉਹਨਾਂ ਨੂੰ ਜੀ। ਕੋਈ ਇੱਦਾਂ ਦਾ ਤੁਹਾਡਾ ਮਤਲਬ ਸੁਪਨਾ ਹੋਵੇ ਵੀ ਕਿ ਆਹ ਕਿਰਦਾਰ ਮੈਂ ਕਰਨਾ ਹੀ ਕਰਨਾ, ਕੋਈ ਇੱਦਾਂ ਦਾ? ਨਹੀਂ, ਮੈਂ ਇੱਦਾਂ ਦਾ ਕੁਛ ਨਹੀਂ ਸੋਚਿਆ ਵੀ ਮੈਂ ਕਿੱਦਾਂ ਦੇ ਕਿਰਦਾਰ ਕਰਨਾ ਚਾਹੁੰਦਾ, ਪਰ ਮੈਂ ਕੁਛ ਰਾ ਕਿਸਮ ਦੇ ਕਿਰਦਾਰ ਕਰਨਾ ਚਾਹੁੰਦਾ, ਹੈ ਨਾ। ਜਿਵੇਂ ਇਸ ਫਿਲਮ 'ਚ ਜਾਂ ਇੱਕ ਫਿਲਮ ਆ ਰਹੀ ਹੈ 21 ਫਰਵਰੀ ਨੂੰ ਸ਼ੂਟਰ, ਉਹਦੇ ਵਿੱਚ ਹੈ, ਉਸ ਤੋਂ ਬਾਅਦ ਸਾਡੇ ਵਾਲੇ ਆਊਗੀ, ਜਾਂ 1-2 ਫਿਲਮਾਂ ਅੱਗੇ ਕਰ ਰਿਹਾ ਮੈਂ। ਰਿਲਿਸਟਿਕ ਹੋਣ, ਥੋੜ੍ਹੇ ਜਿਹੇ ਰਾ ਹੋਣ, ਜੋ ਜਿਹਨਾਂ 'ਚ ਇੱਕ ਐਟੀਟਿਊਡ ਹੋਵੇ, ਕਿਉਂਕਿ ਔਡੀਅੰਸ ਬਹੁਤ ਪਸੰਦ ਕਰਦੀ ਉਹਨਾਂ ਨੂੰ। ਬਿਲਕੁਲ। ਅਤੇ ਕੁਝ ਖਾਸ ਨਹੀਂ ਮੈਂ ਸੋਚਿਆ ਵੀ ਮੈਂ ਕਿੱਦਾਂ ਦੇ ਕਿਰਦਾਰ ਕਰਨੇ, ਪਰ ਹਾਂ, ਕਿਰਦਾਰ ਜਿਹੜਾ ਵੀ ਹੋਵੇ ਸਟਰੋਂਗ ਹੋਵੇ ਅਤੇ ਮੇਰੀ ਪਰਸਨੈਲਿਟੀ ਨੂੰ ਸੂਟ ਕਰਦਾ ਹੋਵੇ। ਜਿਹੜਾ ਇਹਦੀ ਮੂਵੀ ਦਾ ਸ਼ੂਟ ਕਿੱਥੇ ਹੋਇਆ ਜ਼ੋਰਾ ਦੱਸ? ਇਹ ਬਠਿੰਡੇ ਹੋਇਆ, ਚੰਡੀਗੜ੍ਹ ਵੀ ਹੋਇਆ, ਅਤੇ ਮੈਕਸੀਮਮ ਸ਼ੂਟ ਤਾਂ ਬਠਿੰਡੇ ਹੋਇਆ। ਕਦੇ ਇੱਦਾਂ ਹੋਇਆ ਮਤਲਬ ਕੋਈ ਸੀਰੀਅਸ ਸੀਨ ਹੋਵੇ ਅਤੇ ਉਹ ਕਾਮੇਡੀ 'ਚ ਤਬਦੀਲ ਹੋ ਗਿਆ ਹੋਵੇ? ਨਹੀਂ, ਐਕਚੁਅਲੀ ਬਾਈ ਅਮਰਦੀਪ ਗਿੱਲ ਹੋਣੀ ਜਦੋਂ ਸੈੱਟ ਦਾ ਜਿਹੜਾ ਮਾਹੌਲ ਹੁੰਦਾ ਸ਼ੂਟ ਕਰਨ ਵੇਲੇ ਬੜਾ ਸੀਰੀਅਸ ਹੁੰਦਾ, ਅਤੇ ਮੇਰਾ ਕਿਰਦਾਰ ਵੀ ਸੀਰੀਅਸ ਸੀਗਾ, ਮੇਰਾ ਅਤੇ ਜਪਜੀ ਖਹਿਰਾ ਦਾ, ਬਾਕੀ ਸਾਰਿਆਂ ਦਾ। ਸੋ ਉੱਥੇ ਸਬੱਬ ਬਣਿਆ ਨਹੀਂ ਵੀ ਕੋਈ ਕੁਛ ਥੋੜ੍ਹਾ ਫਨੀ ਹੋ ਜਾਵੇ, ਕਿਉਂਕਿ ਉਹਨਾਂ ਦਾ ਮਾਹੌਲ ਇੱਦਾਂ ਬਣਾਇਆ ਹੁੰਦਾ ਕਿ ਤੁਸੀਂ ਕਿਰਦਾਰ ਤੋਂ ਬਾਹਰ ਨਹੀਂ ਆਉਣਾ ਚਾਹੁੰਦੇ, ਕਿਉਂਕਿ ਜੇ ਇੱਕ ਵਾਰ ਕਿਰਦਾਰ ਤੋਂ ਬਾਹਰ ਆ ਜਾਓ ਉਹ ਫਿਰ ਡਾਊਨ ਪੈ ਜਾਂਦਾ ਸੀਨ। ਸੋ ਅਸੀਂ ਬੜੇ ਸੀਰੀਅਸ ਹੋ ਕੇ ਹੀ ਕਿਰਦਾਰ ਕੀਤੇ ਨੇ, ਸੋ ਕਿਉਂਕਿ ਫਿਲਮ ਕੋਮੇਡੀ ਨਹੀਂ ਹੈਗੀ ਅਤੇ ਉੱਥੇ ਮਾਹੌਲ ਜਿਹਾ ਵੀ ਬਣਿਆ ਨਹੀਂ ਇੱਦਾਂ ਬਣੇ। ਅਤੇ ਸਭ ਤੋਂ ਵੱਧ ਪ੍ਰਭਾਵ ਕੀਤਾ ਕਿਹਦਾ ਸੀ ਉੱਥੇ? ਉੱਥੇ ਬਾਈ ਅਮਰਦੀਪ ਗਿੱਲ ਦਾ ਹੀ ਹੁੰਦਾ ਪ੍ਰਭਾਵ, ਡਾਇਰੈਕਟਰ ਨੇ, ਉਹ ਡਾਇਰੈਕਟਰ ਦੀ ਤਰ੍ਹਾਂ ਹੀ ਸਭ ਨੂੰ ਹੈਂਡਲ ਕਰਦੇ ਨੇ, ਅਤੇ ਕੈਪਟਨ ਆਫ ਦਾ ਸ਼ਿਪ ਕਹਿ ਸਕਦੇ ਹਾਂ, ਸੋ ਉਹ ਪੂਰਾ ਸ਼ਿਪ ਉਹਨਾਂ ਦੇ ਅੰਡਰ ਹੁੰਦਾ ਅਤੇ ਉਹਨਾਂ ਦਾ ਪ੍ਰਭਾਵ ਹੁੰਦਾ, ਸਾਰੇ ਆਰਾਮ ਨਾਲ ਕੰਮ ਕਰਦੇ ਨੇ ਬੜੀ ਸ਼ਾਂਤੀ ਨਾਲ। ਅਤੇ ਜਿੰਨੇ ਵੀ ਜਿਨ੍ਹਾਂ ਨਾਲ ਤੁਸੀਂ ਸਕਰੀਨ ਸਾਂਝੀ ਕੀਤੀ, ਸਭ ਤੋਂ ਵੱਧ ਫੋਨ ਕੌਣ ਯੂਜ਼ ਕਰਦਾ ਉਹਨਾਂ 'ਚੋਂ?
देखो जी फोन मैं भी यूज़ करता, सारे यूज़ करते, अच्छा कौन नहीं फोन यूज़ करता, तुम जो भी 10-15 मिनट वेले हो गए तो बंदा फोन यूज़ कर लग जाता है ना। तो ये हूँ मैं आप उन्होंने रेशियो नहीं कढ़ सकते भी कौन वध यूज़ करता या कौन घट यूज़ करता, तुम्हें टाइम मिलना चाहिए फोन लिए। सोशल मीडिया से बहुत ज़्यादा अपडेट, बहुत सारे बहुत लोग एक्टिव ने, तो हर बंदा चाहता कि मैं अपडेट ही रहा है ना जी। बिल्कुल फोन का तो नहीं आप रेशियो नहीं कढ़ सकते, फोन हर बंदा यूज़ करता, हर की जेब चुनता, हर के हाथ चुनता। मेरे वेले मेरे सीन वेले तो मेरे तो हाथ ही हुंदा सी फोन, मेरा करैक्टर सी उह जी, वो फोन घूमते ही रहता मेरे हाथ च, सो नाल ही मौका मिल जाता हाथ यूज़ करन दा। ते सेट ते लेट हो आंदा या इदां दा कोई चक्कर नहीं लेट भी नहीं क्योंकि मैं देखा आ नहीं लेट भी सारे टाइम पर आ ही जाते, मैं टाइम पर पहुँच जाता जपजी खैरा टाइम पर, बाकी सारे आई जाते टाइम पर, मतलब क्योंकि टाइम डिसिप्लिन पर सीगा टाइम पूरा। पर ही शूट शुरू हो जाता सी, तो टाइम नाल ही सारा शूट खत्म हो गया, टाइम नाल ही फिल्म बन गई, तो टाइम नाल ही रिलीज़ हो रही है जी बिल्कुल, ते लोग बहुत बेसब्री नाल इंतजार कर रहे हैं। थोनू मैं ये दस दाँ भी जिहड़ा सैकेंड राउंड है वह होगा अपना गेमिंग ग्राउंड। खतरनाक राउंड कह सकते हैं। नहीं खतरनाक नहीं, बहुत वधिया सवाल ईजी होने है, आ, बहुत ईजी सवाल ने। सस्पेंस रखोगे कुछ? हाँ आई होप थोनू वधिया लगू मेरी ये गेम। नॉर्मल जे सवाल ने, छेती छेती मतलब फटाफट आंसर देना है। तुसी जे तुसी एक्टर ना होंदे तां की होंदे? मैं जी एक्टर हूँ मिलिट्री च हूँ। कद कर तू लगता जे थोनू इनविजिबल होने की सुपर पावर दिती जाए तो तुसी की करोगे? मैं सुपर पावर जब मिलती है तो फिर मैं कोशिश करूँगा कि सारे आराम नाल रह सकन, अजिही कोई स्कीम लाऊंगा कि जो भी दुखी है या जिन्हों जिहड़ी चीज़ की लोड़ आ वो मैं लिया के उन्हें दे सकां। सही जवाब, थोड़ा लंबा हो गया बट कोई ना मान लेने आ। सिर्फ मैं ये काम करने लिए मेहनत भी लंबी हाँ लगनी जी है ना। बिल्कुल। घर तो बाद सेकंड फेवरेट प्लेस? पहला तो घर है, उस तो बाद मैं जे मैं स्टेज मिल जाए मैं थे प्ले कर दी, पहला थिएटर करते सो मैं पंजाबी भवन लुधियाने और मैं जब भी जाना लुधियाने तो मैं उत्थे जाके बैठदा। जी अपनियां तीन चंगी आदतां? मेरिया बड़ी चंगी आदत नहीं, एक तो चंगी आदत कि मैं जल्दी उठ जाना, जी नंबर दो ते जिस चीज़ लिए मैं सोच लाँ जो मैं करना चाहना फिर मैं एक बार माइंड चाहिए फिर मैं वो करने की पूरी कोशिश करदा, डेडिकेशन। तो नंबर तीन जिहड़ा भी मैं कम करना हो लगन ईमानदारी नाल करदा। अपने बारे कोई एक चीज़ बदलना चाहते होवो? एक तो मैं बहुत काली बोलदा तो छेती हाइपर हो जाता। वेले टाइम की करना पसंद करते हो? मैं टीवी देखना जा किताब पढ़ना, तो हुण मेरी छोटी जी बेटी है मैं उन्हें खेलना पसंद करता। केड़ा काम अपनी लाइफ एक बार जरूर करना चाहते हो हाले तक किया नहीं बट? मैं दुनिया घूमनी चाहता किसी तरह का ड्रीम किरदार करना चाहते हो? बिल्कुल, मैं वैसे भगत सिंह तो बहुत फिल्म बन चुकी, मैं भगत सिंह का किरदार करना चाहता जो हो सके। कदे सीरियस सीन नू कॉमेडी च तब्दील किया कदे भी? बहुत बार हो जाता सैट पर, बहुत बार हो जाता, तो बाद चो सीन करने तो बाद वो फनी मूमेंट बहुत बनाने होंने असं बिहाइंड द सीन्स। बिहाइंड द सीन कह सकते हैं। केड़ी चीज़ से सब तो वध पैसे खर्च करते हो? मोबाइल ते या कपड़े ते। तीन चीज़ा जिन्ना बिना रह नहीं सकते? मोबाइल बिना ते अपने बच्चे बिना अपनी फैमिली बिना। तुहाडा कोई पैट वर्ड जिहड़ा तुसी अक्सर मतलब बहुत ज़्यादा नहीं, मेरा यूज़ कोई करदे पैट हो? वर्ड नहीं है, मैं यूजली कुछ ना कुछ बोलते रहना। कोई फेवरेट डायलॉग? पंजाबी का फेवरेट डायलॉग सोच लो पहला। हाँ मैं इस फिल्म का बोल देना है, उन्हों हिंदी च बोलना। वो सीगा जोरे फर्स्ट जोरे का सी, कहिंदा मैं अपने घर दी घर दा लेंटर पाउण लई पूरे शहर दी सिर ते बठल चुका दूँ है ना। बठल नूं आपां की कहांगे हिंदी च? तसला, तसला, कड़ाही। चलो ट्राई करके देखते हैं। हाँ जी मैं अपने घर की छत का लेंटर डालने के लिए पूरे शहर के सर पर तसला उठ किया। मैं अपने घर की छत का लेंटर डालने के लिए पूरे शहर की सर पर तसला रख दूंगा। ठीक है, मे भी तसला नहीं हो सकता मैं लगता है ना, तसला ये अपने दुआबे वाले कहते हैं। दुआबे वाले कहते हैं ना। अगर तुहाडा कोई फीमेल क्रश? हाँ मेरी फीमेल क्रश मार्टिना हिंगिस सी, अर्जेंटीना दी टेनिस प्लेयर। कोई मतलब मैं एक्सपेक्ट कर रही सी भी बॉलीवुड हॉलीवुड च हो? नहीं मैं टेनिस दी मैं मार्टिना हिंगिस बहुत पसंद सी। लाइफ दा मोटो की है तुहाडा? मेरी लाइफ का मोटो है सक्सैसफुल एक्टर बनना ते अपनी फैमिली नू खुश रखना। सारे सवालों ने तुसी बहुत सोहने जवाब दिते। हुण आ रही है एक बुझारत। अच्छा ये पहला मैनू किसी ने पूछी सी ते मैं बहुत अड गई सी, उन्होंने मैनू सिचुएशन ही इदां दी दित्ती सी भी तू जो मर्जी जवाब दे मेरा जवाब ना ही होना। तो मैं देखदी हां तुसी किन्ने कु वधिया तरीके नाल इस नू समझोगे ते जवाब दोगे। चलो ट्राई करदा। एक हाथी का बच्चा है हाँ उन्हें स्विमिंग पूल च छाल मारी, ता की होगा?
ਹਾਥੀ ਦੇ ਬੱਚੇ ਸਵੀਮਿੰਗ ਪੂਲ ਛਾਲ ਮਾਰੀ, ਕੀ ਹੋਊਗਾ? ਪਾਣੀ ਬਾਹਰ ਆਜੂ ਸਵੀਮਿੰਗ ਪੂਲ ਦਾ। ਹਾਥੀ ਦੇ ਬੱਚੇ ਨੇ ਸਵੀਮਿੰਗ ਪੂਲ ਛਾਲ ਮਾਰੀ, ਹਾਂਜੀ, ਤਾਂ ਕੀ ਹੋਊਗਾ? ਕੀ ਹੋਊਗਾ? ਤੈਰ ਕੇ ਬਾਹਰ ਆਜੂਗਾ, ਤੈਰ ਲੂਗਾ ਉਹ, ਨਹਾ ਲੂਗਾ। ਮੈਂ ਵੀ ਉਵੇਂ ਅੜੀ ਹੋਈ ਹਾਂ, ਮੇਰਾ ਜਵਾਬ ਨਾ ਹੀ ਹੋਣਾ। ਹਾਥੀ ਦੇ ਬੱਚੇ ਨੇ ਸਵੀਮਿੰਗ ਪੂਲ ਛਾਲ ਮਾਰੀ, ਛਾਲ ਮਾਰੀ, ਤਾਂ ਕੀ ਹੋਊਗਾ? ਤਾਂ ਕੀ ਹੋਊਗਾ? ਕੀ ਕੀ ਪੋਸੀਬਿਲਿਟੀਜ਼ ਨੇ? ਕੁਛ ਕੁਛ ਖਾਸ ਨਹੀਂ, ਉਹ ਆਰਾਮ ਨਾਲ ਨਹਾਊਗਾ, ਸਵੀਮਿੰਗ ਪੂਲ 'ਚ ਘੁੰਮੂਗਾ। ਦਵਾਂ ਜਵਾਬ? ਹਾਂ, ਹੱਥ ਗਿੱਲਾ ਹੋ ਜਾਊਗਾ। ਮੈਨੂੰ ਨਹਾ ਕੇ ਬੰਦਾ ਗਿੱਲਾ ਹੀ ਹੁੰਦਾ ਹੁੰਦਾ ਯਾਰ। ਮੈਨੂੰ ਕਿਸੇ ਨੇ ਉਸਾਇਆ ਸੀ, ਫਿਰ ਮੈਂ ਕਿਹਾ ਚਲੋ। ਫੇਵਰੇਟ ਫੂਡ? ਅੱਛਾ ਸੀ, ਮੇਰਾ ਫੇਵਰੇਟ ਫੂਡ, ਮੈਂ ਚਿਕਨ ਬਹੁਤ ਪਸੰਦ ਕਰਦਾ ਖਾਣਾ। ਕਿਹੜੀ ਚੀਜ਼ ਤੋਂ ਮਤਲਬ ਖਾ ਨਹੀਂ ਸਕਦੇ ਨਫ਼ਰਤ ਆ, ਮਤਲਬ ਚਾਹੇ ਜਿੰਨੀ ਮਰਜ਼ੀ ਵਧੀਆ ਤਰੀਕੇ ਨਾਲ ਤੁਹਾਡੇ ਸਾਹਮਣੇ ਪੇਸ਼ ਕੀਤੀ ਜਾਵੇ? ਮੈਂ ਬੈਂਗਣ ਨਹੀਂ ਖਾ ਸਕਦਾ। ਸੇਮ। ਕਿਹੜੀ ਮੂਵੀ ਤੋਂ ਤੁਸੀਂ ਅੱਕ ਨਹੀਂ ਸਕਦੇ, ਮਤਲਬ ਬਾਰ ਬਾਰ? ਮੈਂ ਸਿਕੰਦਰ, ਜੂਰਾ ਪਹਿਲੀ ਬਹੁਤ ਵਧੀਆ ਮੂਵੀ ਲੱਗਦੀ ਆ, ਗੈਂਗਸ ਆਫ ਵਾਸੇਪੁਰ, ਜਾਂ ਇੱਕ ਫਿਲਮ ਆਉਂਦੀ ਨਾਇਕ, ਅਤੇ ਸ਼ੋਲੇ ਜੋ ਬੜੀ ਕੌਮੇਡੀ ਫਿਲਮ ਆ ਪਰ ਮੈਨੂੰ ਬਹੁਤ ਪਸੰਦ ਆ, ਮੈਂ ਜਿੱਥੋਂ ਵੀ ਜਦੋਂ ਵੀ ਚੱਲਦੀ ਹੋ ਮੈਂ ਦੇਖ ਸਕਦਾ ਉਹਨੂੰ। ਅਤੇ ਇੰਗਲਿਸ਼ ਦੀ ਮੂਵੀ ਆ ਟਰਾਏ। ਪੰਜ ਛੇ ਮੂਵੀਆਂ ਹੋਰ ਨੇ ਜਿਹੜੀ ਮੈਂ ਜਦੋਂ ਵੀ ਕੋਈ ਤਾਂ ਟੀ ਵੀ 'ਤੇ ਚੱਲਦੀ ਹੋਵੇ ਮੈਂ ਫਿਰ ਜਿੱਥੋਂ ਵੀ ਚੱਲਦੀ ਸਟਾਰਟ ਹੋਵੇ ਮੈਂ ਉੱਥੇ ਬੈਠ ਕੇ ਦੇਖਣ ਲੱਗ ਜਾਂਦਾ ਉਹਨਾਂ ਨੂੰ। ਨਾਇਕ ਤਾਂ ਮਤਲਬ ਮੇਰੀ ਲਿਸਟ ਚੱਲਦੀ ਹੈ, ਲੇਕਿਨ ਮੈਂ ਪਰ ਉਹ ਜਿੱਥੋਂ ਵੀ ਸਟਾਰਟ ਹੁੰਦੀ ਮੈਂ ਦੇਖਣ ਲੱਗ ਜਾਂਦਾ ਉਹਨਾਂ ਨੂੰ। ਮੈਨੂੰ ਐਸੀ ਇੱਕ ਅੱਧੀ ਹੋਊਗੀ, ਬਟ ਬਹੁਤ ਲੰਬੀ ਲਿਸਟ ਹੈ ਇਹਨਾਂ ਦੀ, ਬਹੁਤ ਲੰਬੀ। ਐਕਟਰ ਦੇਖਣੇ ਪੈਂਦੇ ਆ ਮੂਵੀਆਂ। ਬਿਗ ਬੋਸ ਦੇਖਦੇ ਹੋ? ਇਸ ਸਾਲ ਦੇਖਿਆ ਨਹੀਂ ਮੈਂ, ਇੱਕ ਵੀ ਐਪੀਸੋਡ ਨਹੀਂ ਦੇਖਿਆ ਮੈਂ। ਨਹੀਂ ਤਾਂ ਇਹ ਹੈ ਵੀ ਅੱਜ ਕੱਲ੍ਹ ਸਭ ਤੋਂ ਵੱਧ ਚਰਚਾ 'ਚ ਬਿਗ ਬੋਸ ਹੀ ਚੱਲ ਰਿਹਾ, ਅਤੇ ਮੈਂ ਅਗਲਾ ਸਵਾਲ ਪੁੱਛਣ ਲੱਗੀ ਸੀ ਤੁਹਾਡਾ ਫੇਵਰੇਟ ਕੰਟੈਸਟੈਂਟ। ਮੈਂ ਇਸ ਵਾਰ ਦੇਖਿਆ ਨਹੀਂ, ਲਾਸਟ ਟਾਈਮ ਦੇਖਿਆ ਸੀ, ਇਸ ਵਾਰ ਸਟਾਰਟਿੰਗ ਨਹੀਂ ਦੇਖਿਆ ਸੋ ਨਹੀਂ ਬਣੀ। ਅਤੇ ਹੁਣ ਮਤਲਬ ਹੁਣ ਮੇਰਾ ਜਿਹੜਾ ਸਵਾਲ ਹੈ ਉਹ ਸੈਲੀਬ੍ਰਿਟੀਜ਼ ਨਾਲ ਸੰਬੰਧਿਤ ਹੈ। ਹੁਣ ਮੈਂ ਪੁੱਛੂੰਗੀ, ਨਾਮ ਲਊਂਗੀ, ਤਾਂ ਤੁਸੀਂ ਦੱਸਣਾ ਮਤਲਬ ਕੀ ਸਲਾਹ ਲਵੋਗੇ, ਮਤਲਬ ਨਾਮ ਪੁੱਛੂੰਗੀ। ਪਹਿਲਾ ਨਾਮ ਹੈ ਐਮੀ ਵਿਰਕ, ਉਹਨਾਂ ਤੋਂ ਤੁਸੀਂ ਕੀ ਸਲਾਹ ਲਵੋਗੇ? ਐਮੀ ਵਿਰਕ ਤੋਂ ਲਊਂਗਾ ਵੀ ਐਨਰਜੀ ਨੂੰ ਕਿਵੇਂ ਬੂਸਟ ਰੱਖਣਾ, ਐਨਰਜੀ ਇਹਨਾਂ ਐਨਰਜੈਟਿਕ ਕਿਵੇਂ ਰਹਿਣਾ ਆ। ਜੈਸੀ ਵੀ, ਉਹਨਾਂ ਤੋਂ ਇੱਕੋ ਸਵਾਲ ਸਲਾਹ ਲਈ ਜਾ ਸਕਦੀ ਹੈ ਕਿ ਬਾਈ ਫੈਸ਼ਨੇਬਲ ਕਿਵੇਂ ਹੋਣਾ ਤੁਸੀਂ। ਪੁਆਇੰਟ ਹੈ। ਨਿਮਰਤ ਖਹਿਰਾ? ਨਿਮਰਤ ਖਹਿਰਾ ਦੀ ਸਾਦਗੀ ਵਧੀਆ ਲੱਗਦੀ ਹੈ ਮੈਨੂੰ, ਵੀ ਉਹ ਹੰਬਲਨੈਸ, ਤੁਸੀਂ ਕੂਲ ਕਿਵੇਂ ਰਹਿਣਾ। ਆਈ ਡੋਂਟ ਨੋ ਕਿ ਮੈਂ ਪਰਸਨਲੀ ਨਹੀਂ ਜਾਣਦਾ, ਬਟ ਸਕਰੀਨ 'ਤੇ ਮੈਂ ਜਿੰਨਾ ਦੇਖਿਆ ਉਹਨਾਂ ਮੈਨੂੰ ਪਤਾ, ਮੈਨੂੰ ਲੱਗਦਾ ਵੀ ਉਹ ਬਹੁਤ ਕੂਲ ਨੇ। ਸੁਨੰਦਾ ਸ਼ਰਮਾ? ਉਹ ਡਾਂਸ ਬਹੁਤ ਵਧੀਆ, ਡਾਂਸ ਸਿੱਖ ਸਕਦਾ ਮੈਂ ਉਹਨਾਂ ਤੋਂ। ਸਿੰਘਾ? ਸਿੰਘਾ ਰਾਈਟਰ ਵਧੀਆ ਆ ਉਹ, ਮੈਨੂੰ ਅੱਛਾ ਲੱਗਦਾ ਰਾਈਟਰ, ਲਿਖਣ ਦੀ ਸਲਾਹ ਲੈ ਸਕਦਾ ਕਿਉਂਕਿ ਉਹ ਨੌਲੇਜ ਬਹੁਤ, ਤੁਹਾਨੂੰ ਉਹਦੇ ਗੀਤਾਂ ਤੋਂ ਪਤਾ ਲੱਗਦਾ ਲੋਕਾਂ ਨੂੰ ਪਸੰਦ ਆਉਂਦੇ ਆ, ਆਡੀਅੰਸ ਨੂੰ ਪਸੰਦ ਆਉਂਦੇ ਆ। ਬਿਲਕੁਲ। ਦਿਲਜੀਤ ਦੋਸਾਂਝ? ਦਿਲਜੀਤ ਦੋਸਾਂਝ ਨੂੰ ਪੁੱਛੂਗਾ ਵੀ ਇੱਕ ਅੱਛਾ ਬਿਜ਼ਨਸਮੈਨ ਕਿਵੇਂ ਬਣਿਆ ਜਾ ਸਕਦਾ, ਕਿਉਂਕਿ ਉਹਨਾਂ ਨੇ ਬਹੁਤ ਹੁਣ ਬਹੁਤ ਜ਼ਿਆਦਾ ਟੈਲੈਂਟ ਬਹੁਤ ਆ ਉਹਨਾਂ 'ਚ, ਲੇਕਿਨ ਬਹੁਤ ਵਧੀਆ ਬਿਜ਼ਨਸਮੈਨ ਵੀ ਨੇ। ਬਿਲਕੁਲ, ਲਾਈਕ ਗਿੱਪੀ ਗਰੇਵਾਲ ਵੀ ਬਹੁਤ ਅੱਛਾ ਬਿਜ਼ਨਸਮੈਨ ਆ। ਹੁਣ ਇਹ ਤਾਂ ਰਾਊਂਡ ਤੁਸੀਂ ਬਹੁਤ ਵਧੀਆ ਖੇਡਿਆ, ਹੁਣ ਹੈ ਅਗਲਾ ਰਾਊਂਡ, ਉਹ ਹੈਗਾ ਕੀ ਵਧੀਆ ਲੱਗਦਾ, ਮਤਲਬ ਉਹ 'ਚ ਮੈਂ ਸੈਲੀਬ੍ਰਿਟੀਜ਼ ਦੇ ਨਾਮ ਹੀ ਲਊਂਗੀ। ਓਕੇ। ਪਹਿਲਾ ਨਾਮ ਅੰਮ੍ਰਿਤ ਮਾਨ। ਅੰਮ੍ਰਿਤ ਮਾਨ ਦੀ ਮੈਨੂੰ ਗਾਇਕੀ ਵਧੀਆ ਲੱਗਦੀ ਆ, ਉਹ ਜਿਹਦੀ ਬੁਲੰਦ ਆਵਾਜ਼ ਆ ਨਾ, ਅਤੇ ਜਿਹੜੇ ਸ਼ਬਦਾਂ ਦੀ ਚੋਣ ਆ ਗੀਤਾਂ 'ਚ। ਬਹੁਤ ਸੋਚ ਸਮਝ ਕੇ ਜਵਾਬ ਦੇ ਰਹੇ ਨੇ। ਜੈਸਮੀਨ ਸੈਂਡਲਸ? ਜੈਸਮੀਨ ਸੈਂਡਲਸ 'ਚ ਉਹਦੀ ਬੇਬਾਕੀ ਵਧੀਆ ਲੱਗਦੀ ਆ ਮੈਨੂੰ, ਉਹ ਮੈਨੂੰ ਫੀਮੇਲ ਘੱਟ ਅਤੇ ਉਹਦੀ ਉਹ ਜਿਹੜੀ ਉਹ ਉਹਦੇ ਬੰਦਿਆਂ ਵਾਲਾ ਰੂਪ ਆ ਉਹਦੇ ਵਿੱਚ, ਮਤਲਬ ਰੋਬਦਾਰ ਕਹਿ ਸਕਦੇ ਹਾਂ। ਕਰਤਾਰ ਚੀਮੇ ਦੀ ਫਿਜ਼ੀਕ, ਉਹ ਬਹੁਤ ਮਿਹਨਤੀ ਆ ਆਪਣੀ ਬੋਡੀ ਨੂੰ ਲੈ ਕੇ, ਬਹੁਤ ਡੈਡੀਕੇਟਡ ਆ ਉਹ, ਇਕੱਲਾ ਇੱਕ ਇਹੋ ਜਿਹਾ ਹੀਰੋ ਆ ਜੋ ਕਾਫੀ ਲੰਬੇ ਸਮੇਂ ਤੋਂ ਉਹਦੀ ਬੋਡੀ ਨੂੰ ਮੇਨਟੇਨ ਕੀਤਾ ਹੋਇਆ, ਅਤੇ ਉਹ ਨੌਜਵਾਨਾਂ ਲਈ ਰੋਲ ਮਾਡਲ ਆ। ਜਪਜੀ ਖਹਿਰਾ ਬਹੁਤ ਮੈਨੂੰ ਉਹ ਬਹੁਤ ਸਾਦੇ ਨੇ ਉਹ, ਇੱਕ ਲੱਗਦਾ ਹੋਈ ਨਾ ਵੀ ਮੈਂ ਜਦੋਂ ਪਹਿਲੀ ਵਾਰ ਮਿਲਿਆ ਮੈਨੂੰ ਸੀਗਾ ਵੀ ਉਹਨਾਂ 'ਚ ਕੋਈ ਹੀਰੋ ਨਾਲ ਐਟੀਟਿਊਡ ਹੋਊਗਾ, ਨਹੀਂ, ਅਸੀਂ 2 ਦਿਨ ਪਹਿਲੇ ਦਿਨ 'ਤੇ ਹੀ ਬੜਾ ਘੁਲ ਮਿਲ ਕੇ ਵਧੀਆ ਗੱਲਾਂ ਮਾਰਦੇ ਸੀ, ਬੜੇ ਸਿੰਪਲ ਨੇ। ਗਿੱਪੀ ਗਰੇਵਾਲ ਤੋਂ ਕੀ ਸਲਾਹ ਲੈਣੀ ਆ ਨਾ ਮੈਂ, ਕੀ ਵਧੀਆ ਲੱਗਦਾ ਗਿੱਪੀ ਗਰੇਵਾਲ ਦਲਜੀਤ ਵਾਲੀ ਸੇਮ ਗੱਲ ਆ, ਮਾਇੰਡ ਬਹੁਤ ਸ਼ਾਰਪ ਆ ਉਹਨਾਂ ਦਾ, ਉਹ ਪਤਾ ਕਿ ਕਿਹੜਾ ਕੰਮ ਕਦੋਂ ਕਿਵੇਂ ਅਤੇ ਕਿੱਥੇ ਕਰਨਾ, ਹੀ ਨੋ ਵੈਰੀ ਵੈਲ। ਅਮਰਿੰਦਰ ਗਿੱਲ ਦੀ ਆਵਾਜ਼ ਮੈਨੂੰ ਬਹੁਤ ਵਧੀਆ ਲੱਗਦੀ ਆ, ਇੱਕ ਤਾਂ ਉਹ ਸੋਸ਼ਲ ਮੀਡੀਆ ਤੋਂ ਥੋੜ੍ਹਾ ਜਿਹਾ ਦੂਰ ਵੀ ਨੇ ਅਤੇ ਬਟ ਉਹ ਲੋਕਾਂ ਦੇ ਦਿਲਾਂ 'ਚ ਵੱਸਦੇ ਨੇ। ਮੈਂ ਕਲੈਪਿੰਗ ਕਰਦਾ, ਬਹੁਤ ਸੋਹਣਾ ਖੇਡੇ ਸਾਰੇ ਸਵਾਲਾਂ ਦੇ, ਮਤਲਬ ਮੈਨੂੰ ਜਵਾਬ ਸੁਣ ਕੇ ਮੈਨੂੰ ਖੁਦ ਨੂੰ ਬਹੁਤ ਜ਼ਿਆਦਾ ਸੰਤੁਸ਼ਟੀ ਹੋਈ ਕਿ ਬਹੁਤ ਸੋਹਣੇ ਤਰੀਕੇ ਨਾਲ ਤੁਸੀਂ ਜਵਾਬ ਦਿੱਤੇ ਸੋਚ ਸਮਝ ਕੇ।
ਛੇਤੀ ਛੇਤੀ ਦਿੱਤੇ ਬਟ ਸੋਚ ਸਮਝ ਕੇ ਨਾ ਨਾ ਮੈਂ ਪੋਲੀਟੀਸ਼ੀਅਨ ਦਾ ਕਿਰਦਾਰ ਨਾ ਪਾ ਰਿਹਾ ਜੋਰੇ 'ਚ ਤਾਂ ਫਿਰ ਪੋਲੀਟੀਸ਼ੀਅਨ ਤਾਂ ਫਿਰ ਹਰ ਗੱਲ ਬੜੀ ਸੋਚ ਸਮਝ ਕੇ ਕਰਦੇ ਹੁੰਦੇ ਨੇ ਕਿ ਕਿਤੇ ਗਲਤ ਨਾ ਪੈ ਜਾਵੇ ਕਿਉਂਕਿ ਉਹਨਾਂ 'ਤੇ ਪੁੱਠੀ ਪੈ ਸਕਦੀ ਆ ਕੁਛ ਨਹੀਂ ਪਤਾ ਆਪਾਂ ਨੂੰ ਅੱਜ ਕੱਲ੍ਹ ਤਾਂ ਪੈ ਰਹੀ ਆ ਬਿਲਕੁਲ ਅੱਜ ਕੱਲ੍ਹ ਤਾਂ ਵੀਡੀਓ ਐਂ ਵਾਇਰਲ ਹੁੰਦੀ ਆ ਅਤੇ ਯੂਟਿਊਬ 'ਤੇ ਕਦੋਂ ਤਿੰਨ ਵਾਰ ਸੋਚਣਾ ਚਾਰ ਵਾਰ ਸੋਚਣਾ ਪੈਂਦਾ ਵੀ ਮੈਂ ਗੱਲ ਕਹਿਣੀ ਜਾਂ ਨਹੀਂ ਕਹਿਣੀ ਬਿਲਕੁਲ ਬਿਲਕੁਲ ਅਤੇ ਹੁਣ ਸਾਡੀ ਇੰਟਰਵਿਊ ਵਾਸਤੇ ਗੱਲਾਂ ਮੇਰੀਆਂ ਹੋਰ ਬਹੁਤ ਸੀ ਸਵਾਲ ਮੇਰੇ ਅੱਛਾ ਮੈਂ ਆਖਰੀ ਸਵਾਲ ਪੁੱਛੂੰਗੀ ਕਈ ਵਾਰ ਮਤਲਬ ਲੋਕਾਂ ਨੂੰ ਸ਼ੌਂਕ ਹੁੰਦਾ ਇੱਦਾਂ ਦਾ ਮਤਲਬ ਆਰਟਿਸਟਿਕ ਜਿਵੇਂ ਲੋਕ ਹੋ ਗਏ ਕੋਈ ਚੀਜ਼ਾਂ ਇਕੱਠੀਆਂ ਕਰਨ ਦਾ ਤੁਹਾਨੂੰ ਇੱਦਾਂ ਦਾ ਕੋਈ ਸ਼ੌਂਕ ਹੈਗਾ ਨਹੀਂ ਹੁਣ ਨਹੀਂ ਮੈਨੂੰ ਇੰਨਾ ਸ਼ੌਂਕ ਮੈਨੂੰ ਬਚਪਨ ਸੀ ਬਚਪਨ 'ਚ ਮੈਂ ਲੋਟਰੀ ਦੇ ਟਿਕਟ ਇਕੱਠੇ ਕਰਦਾ ਹੁੰਦਾ ਸੀ ਮੈਂ ਜਦੋਂ ਸਕੂਲ ਜਾਂਦਾ ਸੀ ਤਾਂ ਸਾਡੇ ਰਾਸਤੇ 'ਚ ਉਹ ਸਟੋਲਾਂ ਸੀਗੀਆਂ ਉੱਥੇ ਲੋਟਰੀ ਲੱਗਦੀਆਂ ਸੀਗੀਆਂ ਉਹ ਜਿਹੜੀਆਂ ਟਿਕਟਾਂ ਉਹ ਹੋ ਜਾਂਦੀਆਂ ਨੇ ਬੇਕਾਰ ਹੋ ਜਾਂਦੀਆਂ ਜਾਂ ਉਹ ਸਿੱਟ ਦਿੰਦੇ ਨੇ ਫਿਰ ਮੈਂ ਇਕੱਠੀਆਂ ਕਰਕੇ ਘਰੇ ਲਿਆਉਂਦਾ ਸੀ ਮੈਂ ਬਹੁਤ ਸਾਰੀਆਂ ਟਿਕਟਾਂ ਇਕੱਠੀਆਂ ਕੀਤੀਆਂ ਸੀ ਮੰਮੀ ਕਹਿੰਦੀ ਤੂੰ ਇਹ ਕੀ ਕਰਨੀਆਂ ਨੇ ਮੈਨੂੰ ਬਸ ਸ਼ੌਂਕ ਸੀਗਾ ਮੈਨੂੰ ਅਤੇ ਇੱਕ ਮੈਨੂੰ ਸ਼ੌਂਕ ਸੀ ਛੋਟੇ ਹੁੰਦੇ ਜਦੋਂ ਬਾਂਟੇ ਖੇਡਦੇ ਹੁੰਦੇ ਸੀਗੇ ਅਤੇ ਉਹ ਮੇਰੇ ਕੋਲ ਬਹੁਤ ਹੁੰਦੇ ਸੀ ਮੇਰੇ ਕੋਲ ਵੱਡੇ ਵੱਡੇ ਪੀਪੇ ਭਰੇ ਹੁੰਦੇ ਸੀ ਬਟ ਹੁਣ ਉਹ ਟਾਈਮ ਨਹੀਂ ਰਿਹਾ ਅਤੇ ਹੁਣ ਮੈਂ ਨਹੀਂ ਕੁਛ ਇਕੱਠਾ ਇੰਨਾ ਨਹੀਂ ਕਰਦਾ ਹੁਣ ਪਰ ਚੀਜ਼ਾਂ ਨਵੀਂ ਨਵੀਂ ਮੈਨੂੰ ਮਾਰਕੀਟ ਮਿਲ ਜਾਣ ਮੈਂ ਖਰੀਦ ਲੈਂਦਾ ਮੇਰੇ ਮੈਨੂੰ ਪਸੰਦ ਆ ਸ਼ੋਪਿੰਗ ਕਰਨੀ ਹੈ ਨਾ ਜੀ ਪਰ ਹੁਣ ਕੁਛ ਕਦੇ ਇੱਕੋ ਚੀਜ਼ ਨੂੰ ਕਦੇ ਕਲੈਕਟ ਨਹੀਂ ਕੀਤਾ ਹੁਣ ਆਖਰੀ ਸਵਾਲ ਜੇ ਤੁਹਾਨੂੰ ਕਿਸੇ ਦੀ ਇੰਟਰਵਿਊ ਕਰਨੀ ਪਵੇ ਮਤਲਬ ਆਪਸ਼ਨ ਵੀ ਤੁਹਾਡੇ ਵੱਲ ਹੀ ਹੋਵੇ ਵੀ ਤੁਸੀਂ ਸਿਲੈਕਟ ਕਰਨਾ ਬੰਦਾ ਤਾਂ ਕਿਹਦੀ ਇੰਟਰਵਿਊ ਕਰਨਾ ਪਸੰਦ ਕਰੋਗੇ ਮੈਂ ਗੁਰਦਾਸ ਮਾਨ ਸਾਹਿਬ ਦੀ ਇੰਟਰਵਿਊ ਕਰਨਾ ਪਸੰਦ ਕਰੂੰਗਾ ਧਰਮਜੀਤ ਦੀ ਇੰਟਰਵਿਊ ਕਰਨਾ ਪਸੰਦ ਕਰੂੰਗਾ ਅਤੇ ਆਮਿਰ ਖਾਨ ਦੀ ਇੰਟਰਵਿਊ ਕਰਨਾ ਪਸੰਦ ਕਰੂੰਗਾ ਕਾਸ਼ ਮੈਨੂੰ ਵੀ ਮੌਕਾ ਮਿਲੇ ਮੈਂ ਵੀ ਜ਼ਰੂਰ ਕਰਨਾ ਚਾਹੂੰਗੀ ਚਲੋ ਕੋਈ ਨਹੀਂ ਤੁਸੀਂ ਲੱਗੇ ਰਹੋ ਬਸ ਮੌਕਾ ਤਾਂ ਕਦੇ ਵੀ ਮਿਲ ਸਕਦਾ ਬਿਲਕੁਲ ਬਿਲਕੁਲ ਜ਼ਿੰਦਗੀ ਦਾ ਕੁਛ ਨਹੀਂ ਪਤਾ ਪਰਮਾਤਮਾ ਦਾ ਕਦੋਂ ਹੱਥ ਆਏ ਆ ਜਦੋਂ ਆਏ ਹੋ ਗਿਆ ਮੌਕਾ ਬਿਲਕੁਲ ਜੀ ਤੇ ਹੁਣ ਗੱਲਾਂ ਤਾਂ ਜਿਵੇਂ ਕਹਿ ਲਈਏ ਕਿ ਗੱਲਾਂ ਦਾ ਤਾਂ ਪਿਟਾਰਾ ਕਦੇ ਵੀ ਮੁੱਕਣਾ ਨਹੀਂ ਹੈਗਾ ਇਹ ਗੱਲਾਂ ਨਹੀਂ ਮੁੱਕਣੀਆਂ ਜਾਂਦੇ ਜਾਂਦੇ ਆਪਾਂ ਫਿਰ ਆਡੀਅੰਸ ਨੂੰ ਅਪੀਲ ਕਰ ਦਈਏ ਮੂਵੀ ਲਈ ਬਿਲਕੁਲ ਜੀ ਆਡੀਅੰਸ ਨੂੰ ਮੈਂ ਅਪੀਲ ਕਰ ਦਊਂਗਾ ਬੇਨਤੀ ਕਰ ਰਿਹਾ ਕਿ 6 ਮਾਰਚ ਨੂੰ ਆ ਰਹੀ ਹੈ ਜੋਰਾ ਦਾ ਸੈਕਿੰਡ ਚੈਪਟਰ ਪਹਿਲੀ ਫਿਲਮ ਦੀ ਤਰ੍ਹਾਂ ਬੜੀ ਖੂਬਸੂਰਤ ਫਿਲਮ ਆ ਤੁਸੀਂ ਸਿਨੇਮੇ ਘਰਾਂ 'ਚ ਜਾਓਗੇ ਨਿਰਾਸ਼ ਨਹੀਂ ਹੋਵੋਗੇ ਅਤੇ ਆਪਣੇ ਰਿਵਿਊ ਜ਼ਰੂਰ ਸਾਂਝੇ ਕਰਿਓ ਸਾਡੇ ਨਾਲ ਕਿ ਕਿੱਦਾਂ ਲੱਗੀ ਮੇਰਾ ਕਿਰਦਾਰ ਕਿੱਦਾਂ ਲੱਗਿਆ ਬਾਕੀ ਸਾਰੇ ਕਿਰਦਾਰ ਕਿੱਦਾਂ ਲੱਗੇ 6 ਮਾਰਚ 2020 ਜੋਰਾ ਦਾ ਸੈਕਿੰਡ ਚੈਪਟਰ ਉਮੀਦ ਕਰਦੀ ਵੈਸੇ ਇਹਨਾਂ ਨੇ ਅਪੀਲ ਤਾਂ ਕਰ ਹੀ ਦਿੱਤੀ ਬਟ ਮੈਂ ਵੀ ਇੱਕ ਵਾਰੀ ਫਿਰ ਕਹੂੰਗੀ ਵੀ ਬਈ ਮੂਵੀ ਦੇਖਣਾ ਨਾ ਭੁੱਲਿਓ ਜਿੰਨਾ ਵਧੀਆ ਰਿਸਪੋਂਸ ਹੁਣ ਦੇ ਰਹੇ ਹੋ ਉਵੇਂ ਮੂਵੀ ਤੋਂ ਦੇਖ ਕੇ ਹੋਰ ਬਹੁਤ ਜ਼ਿਆਦਾ ਤੁਸੀਂ ਐਕਸਾਈਟਡ ਹੋਵੋਗੇ ਆਪਦੇ ਵਧੀਆ ਵਧੀਆ ਰਿਵਿਊਜ਼ ਦੇਣਾ ਨਾ ਭੁੱਲਿਓ ਅਤੇ ਸਾਡੇ ਇਸ ਖਾਸ ਸ਼ੋਅ ਦੇ ਖਾਸ ਗੈਸਟ ਕਿਵੇਂ ਲੱਗੇ ਸਾਨੂੰ ਇਹ ਵੀ ਦੱਸਣਾ ਨਾ ਭੁੱਲਿਓ ਅਗਲੇ ਦ ਖਾਸ ਸ਼ੋਅ ਦੇ ਐਪੀਸੋਡ 'ਚ ਫਿਰ ਤੋਂ ਮੁਲਾਕਾਤ ਕਰਾਂਗੇ ਤੁਹਾਡੇ ਨਾਲ ਫਿਲਹਾਲ ਉਦੋਂ ਤੱਕ ਲਈ ਮੈਨੂੰ ਯਾਨੀ ਕਿ ਜਗਮੀਤ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ